बाकी सीनियर बैठे हैं, सुखराम जी बैठे हैं, सीनियर साढ़े सारे बैठे हैं। मैं याद तो रखता जिथे जिथे तीन मैं खेड के गया वह पिंड मैनू चेते आ, खोलापुर तक अगे तक खेड के गया वह चेते है, जंग मुंडिया चेते होगा जां बजुर्गां थोड़ा बहुत चेते होगा। तो मैं अज तुहाडे कोल आया इत्थे बीबियां बैठियां, सीनियर बंदे बैठे हो, बजुर्ग बैठे आ, बाहर जंग मुंडे बैठे आ, इन्ना कि मैनू इत्थों पता लग गया भी वोटा आप वोटा कहें इतने कह की लड़ लगता नहीं भी पेगी भी इना अज कट दे के बड़ा मन खुश हो धर्म दिशा भी अज कट आ तुम सारा यह परिवार है एक बैठा नहीं तो आम पिंड बीबिया तो आदि नहीं कहते जो करे घर दे कर पर नहीं इतने आगे इदा लगा भी जिदा तुम सारे परिवार इको जगह शाम को बेहद हो गए सवेरे बेहद हो गए जिदा मर्जी है पर अज कम के दिन भी बहुत आ कणक की वाढ़ी चल रही है यदा करके मैं तुहानू तो इको वादा भी चार काम भरा ने लिखाते हैं बाकी डिटेल से मान साहब का सारे दस ही दिता जो आप मान साहब की गल करिए इन्ना कु ला लो हिसाब से अपना बिल तो नहीं आया किसी का जो कोई पुराना खड़ा होगा थोड़ा बहुत खड़ा होगा पर बिल देखो एक पिंड मेरे पिंड 30-40 लाख रुपया बिल महीने का आंदा सी लोगों का सारे लोगों का मिला के 30-40 लाख रुपया बिल आंदा सी एक महीने का ते साल हो गया ये 40 लाख रुपया तो आप अपने खाते पिया ही आ 40 लाख रुपया आया ही नहीं पूरे पिंड नूं भी सोच लेना चाहिए भी आम आदमी पार्टी को आपां वोट पाईए। भरा मेरे ने चार काम लिखाए आ मैनू उहदे विच एक स्कूल आ एक पानी की टैंकी आ दो काम हो रहा बन ते एक सड़क आ एक सीवरेज आ। पहला तो मैं तुहाडे नाल एक वादा करदा ਤੇ ਜਿਹੜੀ ਬੰਨ ਵਾਲੀ ਸੜਕ ਆ ਪਹਿਲ ਦੇ ਆਧਾਰ ਤੇ ਜਿੱਧਰ ਕੰਮ ਚੱਲ ਪਿਆ ਉੱਧਰ ਪੰਗੋਲ ਪਾ ਕੇ ਤੁਹਾਨੂੰ ਬਣਾ ਕੇ ਦਊਂਗਾ ਜਿਹੜੀ ਬੰਨ ਵਾਲੀ ਸੜਕ ਆ। ਵਾਅਦੇ ਨਹੀਂ ਕਰਕੇ ਜਾਣੇ ਕੰਮ ਦੇਣਾ ਤੁਹਾਨੂੰ ਕੰਮ ਦੇਣਾ ਪੱਕਾ ਦੇਣਾ ਇਹ ਨਹੀਂ ਬਈ ਹੁਣ ਵੀ ਤੁਸੀਂ ਜੇ ਕੋਈ ਪ੍ਰਾਈਵੇਟ ਕਿਸੇ ਦਾ ਕੰਮ ਫਸਿਆ ਹੋਇਆ ਥਾਣੇ ਦਾ 20-30 ਹੋਰ ਦਾ ਹੁਣ ਦੇ ਦਿਓ ਤੁਹਾਡੇ ਸਾਹਮਣੇ ਮੈਂ ਫੋਨ ਲਾ ਦਿੰਦਾ ਕੱਲ ਤਾਈਂ ਵੀ 5-7 ਦਿਨਾਂ ਦਾ ਹੀ ਉਹ ਕੰਮ ਤੁਹਾਨੂੰ ਰੈਡੀ ਕਰਕੇ ਦੇ ਦਿਆਂਗੇ ਅਸੀਂ ਜਿਹੜਾ ਤੁਹਾਡਾ ਪ੍ਰਾਈਵੇਟ ਕੰਮ ਹੈ ਜਿਹੜੇ ਸਰਕਾਰੀ ਕੰਮ ਹੈ ਟੈਂਕੀ ਵਾਲਾ ਪਹਿਲਾਂ ਤੁਹਾਡਾ ਇੱਕ ਬੰਨ ਵਾਲੀ ਸੜਕ ਤੇ ਸਕੂਲ ਦਾ ਇਹ ਮੈਂ ਦੋ ਕੰਮ ਪਹਿਲਾਂ ਕਰਵਾ ਕੇ ਦਊਂਗਾ ਜਿਹੜੇ ਦੋ ਕੰਮ ਰਹਿ ਗਿਆ ਉਹ ਹੌਲੀ ਹੌਲੀ ਮੇਰੇ ਤੋਂ ਲੈ ਲਿਓ ਸਾਰੇ। ਜੇ ਤੁਸੀਂ ਅੱਜ ਮੈਨੂੰ ਵੋਟਾਂ ਪਾਉਂਦੇ ਹੋ ਅੱਜ ਰੇਂਕੂ ਜੀ ਖੜੇ ਆਮ ਆਦਮੀ ਪਾਰਟੀ ਤੋਂ ਰੇਂਕੂ ਜੀ ਨੂੰ ਕਾਮਯਾਬ ਬਣਾਉਂਦੇ ਹਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਧਰਮ ਦੀਆਂ ਛੰਨਾਂ ਚੋਂ ਇੰਨੀਆਂ ਵੋਟਾਂ ਸਾਡੇ ਪਰਿਵਾਰਾਂ ਨੇ ਪਾਈਆਂ ਹੋਈਆਂ ਆ ਤੇ ਸਾਨੂੰ ਆਹ ਕੰਮ ਚਾਹੀਦੇ ਆ। ਇਹ ਵਾਅਦਾ ਤੁਹਾਡੇ ਨਾਲ ਰਹਿ ਗਿਆ ਮੇਰਾ ਬਹੁਤ ਲੀਡਰ ਆਏ ਇੱਥੇ ਵਾਅਦੇ ਕਰ ਕਰਕੇ ਤੁਰੇ ਜਾਂਦੇ ਆ ਪਰ ਮਾਨ ਸਾਹਿਬ ਦੀ ਸੋਚ ਇੱਡੀ ਵੱਡੀ ਆ ਵੀ ਉਹਨਾਂ ਨੇ ਪਹਿਲਾਂ ਸਾਰੀਆਂ ਪ੍ਰਪੋਜਲਾਂ ਸਾਰੇ ਲਿਖਤੀ ਰੂਪ ਚ ਰੱਖ ਚੁੱਕੇ ਆ ਵੀ ਅਸੀਂ ਆਹ ਕੰਮ ਲੋਕਾਂ ਨੂੰ ਦੇਣਾ ਵੀ ਸਾਨੂੰ ਵੋਟ ਨਾ ਮੰਗਣੀ ਪਵੇ। ਜੇ ਵੋਟ ਮੰਗ ਕੇ ਅੱਗ ਹੀ ਜਾਣਾ ਅਸੀਂ ਵੀ ਤੇ ਤੁਸੀਂ ਵੀ ਅੱਗ ਜਾਣਾ ਜੇ ਤੁਹਾਡੇ ਕੰਮ ਨਹੀਂ ਹੋਣੇ। ਮੈਂ ਤਾਂ ਤੁਹਾਡੇ ਨਾਲ ਸੀਨੀਅਰ ਆਗੂ ਇੱਥੇ ਬਹੁਤ ਬੈਠੇ ਆ ਮੈਂ ਕਿਤੇ ਦੂਰ ਨਹੀਂ ਮੇਰਾ ਪਿੰਡ ਕਟੋਰੀ ਆ ਜਦੋਂ ਮਰਜ਼ੀ ਆਓ ਜੇ ਲੀਡਰ ਤੁਹਾਡਾ ਵਾਅਦੇ ਕਰਕੇ ਗਏ ਆ ਤੇ ਅੱਜ ਉਹਨਾਂ ਨੂੰ ਵੋਟ ਮੰਗਣ ਦਾ ਵੀ ਹੱਕ ਹੈ ਨੀਗਾ ਉਹਨਾਂ ਨੂੰ ਪੁੱਛਾ ਕਿ ਤੋਂ ਬਾਹਰੋਂ ਮੋੜ ਦਿਓ ਤੇ ਨੈਕਸਟ ਟਾਈਮ ਜਦੋਂ ਮੈਂ ਆਊਂਗਾ ਵੋਟ ਮੰਗਣ ਤੇ ਮੈਨੂੰ ਵੀ ਇੱਥੋਂ ਬਾਹਰੋਂ ਹੀ ਮੋੜ ਦਿਓ ਜੀ। ਮੈਂ ਤੁਹਾਡਾ ਵਾਅਦਾ ਕਰਦਾ ਮੈਨੂੰ ਬਾਹਰੋਂ ਹੀ ਮੋੜ ਦਿਓ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਣਾ ਪਰ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਸਮਾਂ ਤਾਂ ਹੋ ਗਿਆ ਵੀ ਆਹ ਇਲੈਕਸ਼ਨ ਦਾ ਕਰਕੇ ਸਾਰੇ ਕੋਰਟ ਕੰਡਿਆਂ ਨੂੰ ਲੱਗੇ ਹੋਏ ਨੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇੱਕ ਬੰਨ ਤੇ ਉੱਤੇ ਸੜਕ ਤੇ ਇੱਕ ਸਕੂਲ ਪਹਿਲ ਦੇ ਰਾਤੇ ਇਹ ਦੋ ਕੰਮ ਮੈਂ ਪਹਿਲਾਂ ਕਰਾਊਂਗਾ ਦੋ ਕੰਮ ਤੁਹਾਨੂੰ ਬਾਅਦ ਚ ਕਰਾ ਕੇ ਦਊਂਗਾ। ਅੱਜ ਵੀ ਜੇ ਕਿਸੇ ਦਾ ਥਾਣੇ ਦਾ ਕੰਮ ਹੈਗਾ ਮੈਨੂੰ ਪਤਾ ਪਰਿਵਾਰਾਂ ਚ ਮਾੜੀ ਮੋਟੀ ਲੜਾਈ ਹੁੰਦੀ ਰਹਿੰਦੀ ਆ ਜਾਂ ਕਿਤੇ ਪਿੰਡ ਦੇ ਹੋ ਗਈ ਉਹ ਵੀ ਪਹਿਲ ਦੇ ਆਧਾਰ ਤੇ ਕਰਾ ਕੇ ਦਊਂਗਾ ਜਿੱਦਾਂ ਜਿੱਦਾਂ ਦੇ ਕਿਸੇ ਦੇ ਕੰਮ ਹੈ ਉਹ ਕਰਵਾ ਕੇ ਦਊਂਗਾ। ਸੋ ਮੇਰੀ ਬੇਨਤੀ ਇਹੀ ਆ ਜਲੰਧਰ ਤੋਂ ਚੋਣ ਨਿਸ਼ਾਨ ਹੈਗਾ ਝਾੜੂ ਤੇ ਉੱਥੋਂ ਰੇਂਕੂ ਜੀ ਸੁਸ਼ੀਲ ਰੇਂਕੂ ਜੀ ਖੜੇ ਹੋਏ ਨੇ ਆਪਾਂ ਮਾਨ ਸਾਹਿਬ ਨੂੰ ਉੱਚਾ ਕਰਕੇ ਭੇਜਣਾ ਤੇ ਰੇਂਕੂ ਜੀ ਦੀਆਂ ਵੋਟਾਂ ਵੱਧ ਤੋਂ ਵੱਧ ਪਵਾਉਣੀਆਂ। ਮੈਂ ਵਾਅਦੇ ਨਹੀਂ ਕਰਦਾ ਹੈਗਾ ਵੀ ਵਾਅਦੇ ਕਰਕੇ ਇਹਨਾਂ ਨੂੰ ਵੋਟ ਮੰਗਣ ਦਾ ਕਰਕੇ ਤੁਹਾਨੂੰ ਮੈਂ ਕਹੀ ਜਾਂਦਾ ਜੀ ਮੈਨੂੰ ਵੋਟ ਪਾ ਦਿਓ ਰੇਂਕੂ ਜੀ ਨੂੰ ਕਾਮਯਾਬ ਬਣਾਉਣਾ। ਤੁਸੀਂ ਕੰਮ ਦੇਖਿਓ ਤੇ ਆਉਣ ਵਾਲਾ ਟਾਈਮ ਦੇਖੋ ਕਿੱਦਾਂ ਦਾ ਹੋਗਾ ਆਪਣੇ ਤਾਂ ਮੈਂ ਇਹ ਵੀਰਾਂ ਦਾ ਵਾਅਦਾ ਕਰਕੇ ਜਾਂਦਾ ਜੱਗ ਉਡਿਆ ਨਾ ਵੀ ਕਿਸੇ ਵੀ ਪੁਲਿਸ ਦਾ ਕੰਮ ਹੋਵੇ ਉਹ ਅੱਜ ਕਰਵਾ ਲਓ ਮੈਥੋਂ ਮੈਂ ਕਰਕੇ ਦਊਂਗਾ। ਸੋ ਮੇਰੀ ਤੁਹਾਡੇ ਚਰਨਾਂ ਚ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਉਹਨਾਂ ਦਾ ਡੱਬੇ ਨੂੰ ਵੱਧ ਤੋਂ ਵੱਧ ਭਾਰ ਵਧਾ ਕੇ ਭੇਜੀਏ ਤੇ ਆਪਾਂ ਕੰਮ ਕਹਿਣ ਵਾਲੇ ਤਾਂ ਬਣੀਏ ਉਹਨਾਂ ਨੂੰ ਤੇ ਜੇ ਇਸ ਪਰਿਵਾਰਾਂ ਦੇ ਵੋਟ ਪਾਈ ਆ ਸਾਨੂੰ ਹੁਣ ਕਰਕੇ ਦਿਓ ਤੇ ਕਰਕੇ ਵੀ 101% ਦੇਣਗੇ ਨਹੀਂ ਤਾਂ ਹੋਰ ਵੋਟਾਂ ਦਾ ਆਹ ਤਾਂ ਮਹੀਨੇ 20 ਦਿਨਾਂ ਦੇ ਵੋਟਾਂ ਦਾ ਹੋਰ ਮਗਰ ਆ ਗਈਆਂ ਫਿਰ ਸਾਰਿਆਂ ਨੂੰ ਉੱਥੋਂ ਭਜਾਉਣਾ ਸ਼ੁਰੂ ਕਰ ਦਿਓ ਆਪਾਂ ਕਿਹੜਾ ਕਿਸੇ ਤੋਂ ਲੈਣਾ ਆਪਾਂ ਦੇਣਾ ਹੀ ਅਗਲਿਆਂ ਨੂੰ ਤੇ ਲਿਆ ਤਾਂ ਹੈ ਨਹੀਂ ਅਗਲੀ। ਸੋ ਮੇਰੀ ਇਹ ਬੇਨਤੀ ਆ ਵੀ ਆਪਾਂ ਸ਼ਸ਼ੀਲ ਰੇਂਕੂ ਜੀ ਨੂੰ
ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਇਹਨੂੰ ਕਾਮਯਾਬ ਬਣਾਈਏ ਮੇਰੇ ਭਰਾ। ਜਦੋਂ ਮਰਜ਼ੀ ਉਹਨੂੰ ਫੋਨ ਕਰ ਲਓ, ਕਾਰਡ ਲੈ ਲਓ। ਜੇ ਤੁਹਾਡਾ ਫੋਨ ਨਾ ਚੰਗਾ ਜਾਂ ਕੰਮ ਨਾ ਹੋਵੇ ਫਿਰ ਨੂੰ ਆਵਾਜ਼ ਦੇ ਦਿਓ ਜੀ। ਸੋ ਥੈਂਕ ਯੂ ਜੀ, ਮੈਂ ਤੁਹਾਡਾ।